ਾਰੇ ਵਿਦਿਆਰਥੀਓ ਸਵਾਗਤ ਹੈ ਚੈਨਲ ਵਿੱਚ। ਹਾਜ਼ਰ ਹਾਂ ਅਗਲੀ ਵੀਡੀਓ ਲੈ ਕੇ। ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪੈਰਾ ਰਚਨਾ ਤੀਜ ਦਾ ਤਿਉਹਾਰ। ਤੇ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ। ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਪਾਣ ਸਕਣ। ਤੇ ਹੋਰ ਵੀਡੀਓਜ਼ ਦੇਖਣ ਲਈ ਚੈਨਲ ਤੇ ਜਰੂਰ ਵਿਜ਼ਿਟ ਕਰੋ। ਤੇ ਆਉ ਸ਼ੁਰੂ ਕਰਦੇ ਹਾਂ ਆਪਾਂ ਵੀਡੀਓ। ਖੁਸ਼ੀਆਂ ਭਰਿਆ ਤੀਆਂ ਦਾ ਤਿਉਹਾਰ। ਸੌਣ ਦਾ ਮੌਸਮ ਇੱਕ ਅਜੀਬ ਜਹੀ ਮਸਤੀ ਅਤੇ ਤਰੰਗ ਲੈ ਕੇ ਆਉਂਦਾ ਹੈ ਚਾਰੀ ਪਾਸੇ ਹਰਿਆਲੀ ਦੀ ਜੋ ਚਾਦਰ ਜਹੀ ਖਿਲਰ ਜਾਂਦੀ ਹੈ ਉਸ ਨੂੰ ਦੇਖ ਕੇ ਸਭ ਦਾ ਮਨ ਚੋਮੁਰਦਾ ਹੈ ਅਜੇ ਹੀ ਹੀ ਸੌਣ ਦੇ ਸੁਹਾਵਨੇ ਮੌਸਮ 'ਚ ਆਉਂਦਾ ਹੈ ਤੀਆਂ ਦਾ ਤਿਉਹਾਰ ਸੌਣ ਮਹੀਨੇ ਦੇ ਸੁਕਲ ਸ਼ੁਕਲ ਪੱਕ ਦੀ ਤੀਜ ਨੂੰ ਸੋਹਣੀ ਤੀਆਂ ਕਹਿੰਦੇ ਹਨ ਉੱਤਰ ਪਾਰ 'ਚ ਇਹ ਹਰਿਆਲੀ ਤੀਜ ਦੇ ਨਾਂ ਨਾਲ ਵੀ ਜਾਣੀ ਜਾਂਦੀਆਂ ਹਨ ਸੌਣ ਦੀਆਂ ਤੀਆਂ 'ਚ ਔਰਤਾਂ ਵਰਤ ਰੱਖਦੀਆਂ ਹਨ ਇਹੇ ਵਰਤ ਨੂੰ ਕੁਵਾਰੀਆਂ ਕੁੜੀਆਂ ਯੋਗ ਵਰ ਪਾਉਣ ਲਈ ਰੱਖਦੀਆਂ ਹਨ ਅਤੇ ਵਿਵਹਤ ਮਹਿਲਾਮ ਆਪਣੇ ਸੁਖੀ ਜੋੜੇ ਦੀ ਚਾਹਤ ਲਈ ਰੱਖਦੀਆਂ ਹਨ ਦੇਸ਼ ਦੇ ਪੂਰਬੀ ਇਲਾਕਿਆਂ 'ਚ ਇਸ ਨੂੰ ਕਜਲੀ ਤੀਜ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਪਰ ਜ਼ਿਆਦਾਤਰ ਲੋਕ ਇਸ ਨੂੰ ਹਰੀਆਲੀ ਤੀਜ ਹੀ ਕਹਿੰਦੇ ਹਨ ਇਸ ਸਮੇਂ ਕੁਦਰਤੀ ਇਸ ਛਟਾ ਨੂੰ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ ਥਾਂ ਥਾਂ ਝੁੱਲੇ ਲੱਗਦੇ ਹਨ ਮਟਿਆਰੇ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਹਨ ਤੇ ਪਿੰਗਾ ਝੂੜਦੀਆਂ ਹਨ ਤੀਆਂ ਤੋਂ ਤੀਆਂ ਤੇ ਮਹਿੰਦੀ ਲਾਉਣ ਹਰੀਆਂ ਚੂੜੀਆਂ ਪਾਉਣ ਪਿੰਗਾ ਝੂਟਣ ਤੇ ਲੋਕ ਗੀਤ ਗਾਉਣ ਦਾ ਵਿਸ਼ੇਸ਼ ਮਹੱਤਵ ਹੈ ਤੀਆਂ ਦੇ ਤਿਉਹਾਰ ਵਾਲੇ ਦਿਨ ਖੁੱਲੇ ਸਥਾਨਾਂ ਤੇ ਵੱਡੇ ਵੱਡੇ ਦਰੱਖਤਾਂ ਦੀਆਂ ਟਹਿਣੀਆਂ ਤੇ ਘਰਾਂ ਵਿੱਚ ਅਤੇ ਰੁੱਖਾਂ ਉੱਪਰ ਮੋਟੀਆਂ ਰस्सियां ਲੰਗਾਈਆਂ ਜਾਂਦੀਆਂ ਹਨ ਤੇ ਉਹਨਾਂ ਦੇ ਉੱਪਰ ਫਟੀਆਂ ਰੱਖੀਆਂ ਜਾਂਦੀਆਂ ਹਨ ਜਿਸ ਨੂੰ ਪੰਜਾਬੀ ਚ ਪਿੰਗਾ ਕਹਿੰਦੇ ਹਨ ਇਨ੍ਹਾਂ ਤੇ ਮਟਿਆਰਾਂ ਕੁੜੀਆਂ ਝੂਲਾ ਝੂਲਦੀਆਂ ਹਨ ਹਰਿਆਲੀ ਤੀਜ ਵਾਲੇ ਦਿਨ ਕਈ ਥਾਵਾਂ ਤੇ ਮੇਲੇ ਵੀ ਲੱਗਦੇ ਹਨ ਤੱਪ ਦੀ ਗਰਮੀ ਤੋਂ ਰਿਮਚਿਮ ਫੁਹਾਰੇ ਰਾਹਤ ਦਿੰਦੇ ਹਨ ਅਤੇ ਚਾਰੇ ਪਾਸੇ ਹਰਿਆਲੀ ਛਾ ਜਾਂਦੀ ਹੈ ਜੇ ਕਰਤਿਆਂ ਦੇ ਦਿਨ ਮੀਂਹ ਪੈ ਰਿਹਾ ਹੋਵੇ ਤਾਂ ਇਹ ਦਿਨ ਹੋਰ ਵੀ ਵਿਸ਼ੇਸ਼ ਹੋ ਜਾਂਦਾ ਹੈ ਜਿਵੇਂ ਮੌਨਸੂਨ ਆਉਣ ਤੇ ਮੋਰ ਨੱਚ ਕੇ ਖੁਸ਼ੀ ਪ੍ਰਗਟ ਕਰਦੇ ਹਨ ਉਸੇ ਤਰ੍ਹਾਂ ਔਰਤਾਂ ਵੀ ਮੀਂਹ ਝੁੱਲੇ ਝੁੱਲਦੀਆਂ ਹਨ ਲੋਕ ਗੀਤ ਗਾਉਂਦੀਆਂ ਹਨ ਗੀਤਾਂ ਦੀ ਲੰਬੀ ਹੀਕ ਗਿੱਧਾ ਤੇ ਹਾਸਿਆਂ ਠੱਠਿਆਂ ਨਾਲ ਸਾਰਾ ਵਾਤਾਵਰਣ ਖੁਸ਼ੀਆਂ ਨਾਲ ਭਰ ਜਾਂਦਾ ਹੈ ਦੀਆਂ ਦੇ ਤਿਉਹਾਰ ਅਸਲ ਚੋਰਤਾ ਨੂੰ ਸੱਚਾ ਆਨੰਦ ਦਿੰਦਾ ਹੈ ਇਸ ਦਿਨ ਉਹ ਰੰਗ ਬਿਰੰਗੇ ਕੱਪੜੇ ਅਤੇ ਗਹਿਣੇ ਪਾ ਕੇ ਦੁਲਹਨਾਂ ਵਾਂਗ ਸਜੀਆਂ ਹੁੰਦੀਆਂ ਹਨ ਅੱਜ ਕੱਲ ਤਾਂ ਕੁਝ ਵਿਸ਼ੇਸ਼ ਨਜ਼ਰ ਆਉਣ ਦੇ ਚਾਹਤ ਬਿਊਟੀ ਪਾਰਲਰ ਜਾਣਾ ਇੱਕ ਆਮ ਗੱਲ ਹੋ ਗਈ ਹੈ ਨਵਯੋਤਾ ਇਸ ਦਿਨ ਆਪਣੇ ਵਿਆਹ ਦੇ ਜੋੜੇ ਨੂੰ ਵੀ ਚਾਹ ਨਾਲ ਪਾਉਂਦੀਆਂ ਹਨ ਵੈਸੇ ਤੀਆਂ ਦੇ ਮੁੱਖ ਰੰਗ ਗੁਲਾਬੀ ਲਾਲ ਅਤੇ ਹਰਾ ਹਨ ਤੀਆਂ ਤੇ ਹੱਥਾਂ ਪੈਰਾਂ 'ਚ ਮਹਿੰਦੀ ਵੀ ਜ਼ਰੂਰ ਲਗਾਈ ਜਾਂਦੀ ਹੈ ਤੀਆਂ ਦੇ ਦਿਨ ਖਾਸ ਕਿਸਮ ਦੇ ਪਕਵਾਨ ਬਣਾਏ ਜਾਂਦੇ ਹਨ ਮਠਿਆਈਆਂ 'ਚ ਕੇਵਰ ਫਿਰਨੀ ਅਤੇ ਬੁੰਦੀ ਤੇ ਪੂਜੇ ਆਦੀ ਪ੍ਰਮੁਖਤਾ ਹੈ ਜਿਸ ਬੇਟੀ ਦੀ ਨਵੀਂ ਸ਼ਾਦੀ ਹੋਈ ਹੁੰਦੀ ਹੈ ਉਸ ਦੇ ਘਰ ਪੇਕੇ ਵਾਲੇ ਗੁਜੀਆਂ ਕੇਵਰ ਤੇ ਸੰਧਾਰਾ ਲੈ ਕੇ ਜਾਂਦੇ ਹਨ ਤੀਆਂ ਦਾ ਤਿਉਹਾਰ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਨਾਲ-ਨਾਲ ਨੇਪਾਲ ਛਵੀ ਪੜੇ ਚਾਹਨ ਮਨਾਇਆ ਜਾਂਦਾ ਹੈ ਪੰਜਾਬ ਹਰਿਆਣਾ ਮਹਾਰਾਸ਼ਟਰ ਗੁਜਰਾਤ ਰਾਜਸਥਾਨ ਸਮੇਤ ਹੋਰ ਸੂਬਿਆਂ 'ਚ ਤੀਆਂ ਦਾ ਤਿਉਹਾਰ ਆਪਣੀ اپنی ਸੰਸਕ੍ਰਿਤੀ ਤਰੀਕਿਆਂ ਤੇ ਰੀਤੀ ਰਿਵਾਜਾਂ ਨਾਲ ਮਨਾਇਆ ਜਾਂਦਾ ਹੈ। ਤੀਆਂ ਨੂੰ ਗੁਜਰਾਤ ਦਾ ਗਰਬਾ, ਰਾਜਸਥਾਨ ਸੌਣ ਦਾ ਤਿਹਾਰ ਅਤੇ ਪੰਜਾਬ ਚ ਤੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਨੇਪਾਲ ਦੇ ਲੋਕ ਇਸ ਤਿਹਾਰ ਨੂੰ 3 ਦਿਨਾਂ ਤੱਕ ਬੜੀ ਧੂਮ ਧਾਮ ਨਾਲ ਮਨਾਉਂਦੇ ਹਨ ਅਤੇ ਇਸ ਪ੍ਰਕਾਰ ਇਹ ਤਿਉਹਾਰ ਨਾ ਸਿਰਫ ਸਾਡੀ ਸਾਂਸਕ੍ਰਿਤਿਕ ਵਿਰਾਸਤ ਵਿਰਾਸਤ ਦੇ ਤਾਰਿਆਂ ਨੂੰ ਜੋੜਦਾ ਹੈ ਤੇ ਅ ਸਭ ਨੂੰ ਭੂਗੋਲਿਕ ਅਤੇ ਸਮਾਜਿਕ ਤਾਣੇ ਬਾਣੇ ਨੂੰ ਵੀ ਇੱਕ ਧਾਗੇ 'ਚ ਪਰੋਣ ਦਾ ਕੰਮ ਕਰਦਾ ਹੈ ਤੇ ਬੱਚਿਓ ਇਹ ਸੀ ਆਪਣਾ ਪੈਰ ਰਚਨਾ ਤੀਜ ਦਾ ਤਿਉਹਾਰ ਆਸ ਕਰਦੀ ਹਾਂ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਵੀਡੀਓ ਚੰਗੀ ਲੱਗੀ ਤੇ ਸਾਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ